ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਚੰਡੀਗੜ੍ਹ ਦੇ ਮਲੋਆ ਵਿਖੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਅਤੇ ਸੁਹਾਣਾ ਹਸਪੀਟਲ ਦੀ ਟੀਮ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਚੰਡੀਗੜ੍ਹ ਦੇ ਯੂਥ ਨੇ ਵੱਧ ਚੜ੍ਹ ਕੇ ਹਿੱਸਾ ਲਿੱਤਾ। ਕਲੱਬ ਦੇ ਮੈਂਬਰਸ ਨੇ ਯੁਗਮਾ ਟੀਵੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਇਹ ਬਲੱਡ ਕੈਂਪ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਕੀਤਾ ਹੈ। ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ ਸਾਨੂੰ ਸਮਾਜ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ। ਬਹੁਤ ਵਧੀਆ ਫੀਲ ਹੋ ਰਿਹਾ ਹੈ। ਮੈਂ ਆਪਣੇ ਦੇਸ਼ ਵਾਸਤੇ, ਸ਼ਹੀਦ ਭਗਤ ਸਿੰਘ ਕਲੱਬ ਵਾਸਤੇ ਅਤੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਮੈਂ ਖੂਨਦਾਨ ਕੈਂਪ ਲਗਵਾਇਆ ਵੀ ਹੈ। ਸਾਰੇ ਸੱਜਣਾਂ ਨੇ ਇਕੱਠੇ ਹੋ ਕੇ, ਪਿੰਡ ਵਾਲਿਆਂ ਨੇ ਇਕੱਠੇ ਹੋ ਕੇ, ਅਤੇ ਯੂਥ ਕਲੱਬ ਦਾ ਬੜਾ ਧੰਨਵਾਦੀ ਹੈ ਜੀ। ਸਾਡਾ ਜਿੰਨਾ ਟਾਰਗੇਟ ਸੀ ਉਸ ਤੋਂ ਵੱਧ ਚੜ੍ਹ ਕੇ ਲੋਕਾਂ ਨੇ ਹਿੱਸਾ ਲਿਆ ਹੈ, ਸਾਨੂੰ ਬਹੁਤ ਖੁਸ਼ੀ ਹੈ। ਅੱਗੇ ਤੋਂ ਵੀ ਅਸੀਂ ਇਸ ਤੋਂ ਵੱਧ ਚੜ੍ਹ ਕੇ ਪ੍ਰੋਗਰਾਮ ਕਰਾਉਂਦੇ ਹਾਂ। ਸ਼ਹੀਦ ਭਗਤ ਸਿੰਘ ਯੂਥ ਕਲੱਬ ਸਾਡੇ ਪਿੰਡ ਮਲੋਆ ਦਾ ਕਲੱਬ ਹੈ ਜੋ ਕਿ ਲੋਕ ਭਲਾਈ ਦੇ ਵਿੱਚ ਹਮੇਸ਼ਾ ਤਤਪਰ ਰਹਿੰਦਾ ਹੈ ਅਤੇ ਅੱਜ ਸ਼ਹੀਦੀ ਦਿਵਸ 'ਤੇ ਜੋ ਸ਼ਹੀਦ ਭਗਤ ਸਿੰਘ ਜੀ, ਰਾਜਗੁਰੂ ਜੀ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਵਸ ਹੈ, ਉਸ ਦਿਨ 'ਤੇ ਅਸੀਂ ਬਹੁਤ ਸਾਰੇ ਜੋ ਮੈਂਬਰ ਨੇ ਉਹਨਾਂ ਦਾ ਦਿਲ ਹੀ ਇਹ ਮਨ ਸੀਗਾ ਕਿ ਜਿਵੇਂ ਉਹਨਾਂ ਨੇ ਸਾਡੇ ਦੇਸ਼ ਦੇ ਲਈ ਸ਼ਹੀਦੀਆਂ ਦਿੱਤੀਆਂ ਅਤੇ ਅਸੀਂ ਵੀ ਆਪਣੇ ਦੇਸ਼ ਦੇ ਲਈ ਕੁਛ ਕਰੀਏ, ਅਤੇ ਅਸੀਂ ਇਹ ਡਿਸਾਈਡ ਕੀਤਾ ਸੀ ਕਿ ਅਸੀਂ ਇਸ ਵਾਰ ਖੂਨਦਾਨ ਕੈਂਪ ਲਗਾਵਾਂਗੇ ਅਤੇ ਪਿੰਡ ਵਾਲਿਆਂ ਦਾ ਅਤੇ ਬਹੁਤ ਸਹਿਯੋਗ ਹੈ ਅਤੇ ਨਾਲ ਸਾਰੇ ਸੱਜਣਾਂ ਦਾ ਸਹਿਯੋਗ ਹੈ। ਬਹੁਤ ਵੱਧ ਚੜ੍ਹ ਕੇ ਰਜਿਸਟ੍ਰੇਸ਼ਨ ਲਾਈਆਂ ਨੇ ਸਾਡੇ ਕੋਲ ਅਤੇ ਹੁਣ ਖੂਨਦਾਨ ਕੈਂਪ ਜੋ ਹੈ ਜੇ ਮਲਵਾ ਬੱਸ ਸਟੈਂਡ 'ਤੇ ਚੱਲ ਰਿਹਾ ਹੈ ਜਸ ਸ਼ੁਰੂ ਕਰ ਰਿਹਾ ਅਤੇ ਅਖੀਰ ਦੇ ਵਿੱਚ ਮੈਂ ਸਾਰੇ ਦਰਸ਼ਕਾਂ ਨੂੰ ਤੁਹਾਡੇ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਦੇਸ਼ ਦੀ ਸੇਵਾ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਆਮ ਫੋਰਸ ਵਿੱਚ ਜਾਵਾਂਗੇ, ਫੌਜ ਦੇ ਵਿੱਚ ਜਾਵਾਂਗੇ, ਪਰ ਉਹਨਾਂ ਦੇ ਇੱਕ ਦੇਸ਼ ਸੇਵਾ ਹੈ ਹੀ ਹੈ, ਲੇਕਿਨ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਰਹਿ ਕੇ ਵੀ ਹੋਰ ਸਮਾਜਿਕ ਕੰਮ ਕਰਕੇ ਆਪਣੀ ਉੰਨੀ ਹੀ ਦੇਸ਼ ਸੇਵਾ ਦੇ ਰਹੇ ਹੋ ਜਿੰਨੇ ਇੱਕ ਆਮ ਫੌਜੀ ਸਾਡੀ ਸੁਰੱਖਿਆ ਕਰਕੇ ਦਿੰਦਾ ਹੈ। ਸੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਸ ਵਿੱਚ ਵੀ ਜਾ ਕੇ ਹੀ ਸੇਵਾ ਕਰਨੀ ਹੈ, ਠੀਕ ਹੈ ਉਹ ਕਰ ਰਹੇ ਨੇ ਉਸ ਵਿੱਚ ਵੀ ਜਾਣਾ ਚਾਹੀਦਾ, ਲੇਕਿਨ ਜਦੋਂ ਤੁਸੀਂ ਆਮ ਜ਼ਿੰਦਗੀ 'ਚ ਰਹਿੰਦੇ ਹੋ ਅਤੇ ਉੱਥੇ ਨਹੀਂ ਜਾ ਪਾਉਂਦੇ ਤਾਂ ਨਿਰਾਸ਼ ਨਹੀਂ ਹੋਣਾ। ਇੱਦਾਂ ਦੇ ਕੋਈ ਵੀ ਸਮਾਜਿਕ ਕੰਮ ਕਰਦੇ ਰਹੋ ਅਤੇ ਆਪਣੇ ਜੋ ਸਾਡੇ ਸ਼ਹੀਦ ਨੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਇੱਦਾਂ ਹੀ ਸਮਾਜਿਕ ਕੰਮ ਕਰਦੇ ਰਹੋ ਅਤੇ ਇਹ ਦੇਸ਼ ਭਲਾਈ ਦੇ ਕੰਮ ਹਮੇਸ਼ਾ ਚੱਲਦੇ ਰਹਿਣੇ ਚਾਹੀਦੇ ਅਤੇ ਇਹ ਮਾਨਵਤਾ ਦੇ ਕੰਮ ਚੱਲਦੇ ਰਹਿਣੇ ਚਾਹੀਦੇ, ਇਹੀ ਮੇਰਾ ਸਾਰਿਆਂ ਨੂੰ ਸੁਨੇਹਾ। ਚੰਡੀਗੜ੍ਹ ਤੋਂ ਵਿਕਾਸ ਨਾਰੰਗ ਦੀ ਰਿਪੋਰਟ, ਯੁਗਮਾਰਕ ਟੀਵੀ।